ਸਾਰੀ ਪਾਰਟੀ ਦਾ ਇਹੀ ਮਤ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਸਾਡੇ ਪਾਰਟੀ ਦੇ ਪ੍ਰਧਾਨ ਨੇ ਔਰ ਜੋ ਵੀ ਕੁਝ ਉਹਨਾਂ ਨੇ ਨੈਤਿਕ ਜ਼ਿੰਮੇਵਾਰੀ ਲਈ ਉਹ ਪਾਰਟੀ ਕਰਕੇ ਨੇ ਕਦੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਹਰ ਨਹੀਂ ਕਰ ਜਿਹੜਾ ਹੁਕਮ ਜੋ ਅਕਾਲ ਤਖਤ ਦਾ ਆਇਆ ਉਹ ਇਕੱਲੇ ਪ੍ਰਧਾਨ ਵਾਸਤੇ ਨਹੀਂ ਹੁੰਦਾ ਕਿਉਂਕਿ ਪ੍ਰਧਾਨ ਜਿਹੜਾ ਪਾਰਟੀ ਦਾ ਪਰਿਵਾਰ ਦਾ ਮੁਖੀ ਹੁੰਦਾ ਇਸ ਕਰਕੇ ਸਾਰਿਆਂ ਨੂੰ ਪੁੱਛਿਆ ਗਿਆ ਸੀ ਕਿ ਦੱਸੋ ਤਾਂ ਕਹਿੰਦੇ ਕਦੀ ਜੇ ਪ੍ਰਧਾਨ ਸਾਹਿਬ ਨੂੰ ਉਦੇਸ਼ ਆਇਆ ਤਾਂ ਆਪਾਂ ਸਮਝੀਏ ਕਿ ਸਾਡੇ ਸਾਰਿਆਂ ਵਾਸਤੇ ਜੋ ਸਿੰਘ ਸਾਹਿਬ ਦਾ ਹੁਕਮ ਹੋਇਆ ਉਹਨੂੰ ਅਸੀਂ ਸਿਰੇ ਮੱਥੇ ਸਵੀਕਾਰ ਕੀਤਾ ਅਸੀਂ ਇਹਨਾਂ ਚੋਣਾਂ ਜਿਹੜੀਆਂ ਚਾਰ ਜਿਮਨੀ ਚੋਣਾਂ ਇਹਦੇ ਵਿੱਚ ਆਪਣੇ ਆਪ ਨੂੰ ਚੋਣਾਂ ਤੋਂ ਬਾਹਰ ਰੱਖਣਾ ਅਤੇ ਬਾਦਲ ਸਾਹਿਬ ਉਸ ਹਲਕੇ ਦੀ ਲੰਬਾ ਸਮਾਂ ਜਿਹੜੀ ਆ ਉਹ ਨੁਮਾਇੰਦਗੀ ਕਰਦੇ ਰਹੇ ਪਰ ਜੋ ਕੱਲ੍ਹ ਜੈਦਾ ਸਾਹਿਬ ਦਾ ਕੱਲ੍ਹ ਮੀਡੀਆ ਦੇ ਵਿੱਚ ਜੋ ਉਹਨਾਂ ਦਾ ਆਦੇਸ਼ ਆਇਆ ਕਿ ਤਨਖਾਹੀਆਂ ਹੋਣ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਘਰੋਂ ਬਾਹਰ ਨਹੀਂ ਜਾ ਸਕਦੇ ਚੋਣ ਪ੍ਰਚਾਰ ਵਿੱਚ ਸ਼ਾਮਲ ਨਹੀਂ ਹੋ ਸਕਦੇ ਕੁਦਰਤੀ ਗੱਲ ਹੈ ਫਿਰ ਚੋਣ ਵੀ ਜਿਹੜੀ ਆ ਨਹੀਂ ਲੜ ਸਕਦੇ ਇਸ ਕਰਕੇ ਪਹਿਲਾਂ ਤਾਂ ਅੱਜ ਮੀਟਿੰਗ ਦੇ ਵਿੱਚ ਅਸੀਂ ਜੋ ਆਦੇਸ਼ ਹੋਇਆ ਉਹਦੇ ਸੰਬੰਧ ਦੇ ਵਿੱਚ ਸਾਰੀ ਸਥਿਤੀ ਕਿਉਂਕਿ ਵੱਡਾ ਫੈਸਲਾ ਅਤੇ ਸਾਰੀ ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਹਲਕਾ ਇੰਚਾਰਜ ਸਾਰਿਆਂ ਦੇ ਸਾਹਮਣੇ ਜਿਹੜੇ ਆ ਉਹ ਫੈਕਟਸ ਰੱਖੇ ਆ ਔਰ ਸਾਰੀ ਪਾਰਟੀ ਦਾ ਇਹੀ ਮਤ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਸਾਡੇ ਪਾਰਟੀ ਦੇ ਪ੍ਰਧਾਨ ਔਰ ਜੋ ਵੀ ਕੁਛ ਉਹਨਾਂ ਨੇ ਨੈਤਿਕ ਜ਼ਿੰਮੇਵਾਰੀ ਲਈ ਉਹ ਪਾਰਟੀ ਕਰਕੇ ਨੇ ਅਸੀਂ ਕਦੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਹਰ ਨਹੀਂ ਜਾਣਾ ਅੱਜ ਵੀ ਸਾਡੀ ਭਾਵਨਾ ਇਹ ਹੈ ਕਿਉਂਕਿ ਵਰਕਰ ਅਸੀਂ ਵੀ ਚਾਹੁੰਦੇ ਹਾਂ ਕਿ ਥੱਲੇ ਕਈਆਂ ਨੇ ਤਿਆਰੀ ਵੀ ਕੀਤੀ ਹੋਈ ਸੀ ਕਈਆਂ ਨੇ ਇਲੈਕਸ਼ਨ ਵੀ ਸ਼ੁਰੂ ਕਰ ਲਈ ਸੀ ਪਰ ਅਸੀਂ ਜਿਹੜੀ ਆ ਅੱਜ ਫਿਰ ਆਪਣੀ ਵੱਡੀ ਜ਼ਿੰਮੇਵਾਰੀ ਸਮਝਦਿਆਂ ਕਿ ਜਿਹੜਾ ਹੁਕਮ ਜੋ ਅਕਾਲ ਤਖਤ ਦਾ ਆਇਆ ਉਹ ਇਕੱਲੇ ਪ੍ਰਧਾਨ ਵਾਸਤੇ ਨਹੀਂ ਹੁੰਦਾ ਕਿਉਂਕਿ ਪ੍ਰਧਾਨ ਜਿਹੜਾ ਪਾਰਟੀ ਦਾ ਪਰਿਵਾਰ ਦਾ ਮੁਖੀ ਹੁੰਦਾ ਇਸ ਕਰਕੇ ਸਾਰਿਆਂ ਨੂੰ ਪੁੱਛਿਆ ਗਿਆ ਸੀ ਕਿ ਦੱਸੋ ਤਾਂ ਕਹਿੰਦੇ ਕਦੀ ਜੇ ਪ੍ਰਧਾਨ ਸਾਹਿਬ ਨੂੰ ਉਦੇਸ਼ ਆਇਆ ਤਾਂ ਆਪਾਂ ਸਮਝੀਏ ਕਿ ਸਾਡੇ ਸਾਰਿਆਂ ਵਾਸਤੇ ਕਿਉਂਕਿ ਅਸੀਂ ਕਦੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਨਹੀਂ ਗਏ ਇਸ ਕਰਕੇ ਜੋ ਸਿੰਘ ਸਾਹਿਬ ਦਾ ਹੁਕਮ ਹੋਇਆ ਉਹਨੂੰ ਅਸੀਂ ਸਿਰੇ ਮੱਥੇ ਸਵੀਕਾਰ ਕੀਤਾ ਭਾਵੇਂ ਸਾਨੂੰ ਪਤਾ ਹੈ ਕਿ ਕੁਛ ਭਾਵਨਾਵਾਂ ਵਰਕਰਾਂ ਦੀਆਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਕਿ ਲੜਿਆ ਜਾਵੇ ਪਰ ਕਿਉਂਕਿ ਪਾਰਟੀ ਜ਼ਿੰਮੇਵਾਰੀ ਨੂੰ ਸਮਝਦੀ ਹੈ ਇਸ ਕਰਕੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਜਿਹੜਾ ਮਤਾ ਪਾਸ ਕੀਤਾ ਉਹ ਚਾਰ ਸਫਿਆਂ ਦਾ ਮੈਂ ਤੁਹਾਨੂੰ ਸਾਰਿਆਂ ਨੂੰ ਹੁਣੇ ਜਿਹੜਾ ਵਟਸਐਪ 'ਤੇ ਸਾਂਝਾ ਵੀ ਜਿਹੜਾ 5-7 ਮਿੰਟ 'ਚ ਕਰ ਦਿਆਂਗਾ ਅਤੇ ਅਸੀਂ ਫੈਸਲਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਡੇਰੇ ਪੰਥਕ ਹਿੱਤਾਂ ਨੂੰ ਭੁੱਖ ਰੱਖਦੇ ਹੋਇਆ ਔਰ ਪੰਥਕ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਦੀ ਮਾਨ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆ ਅਸੀਂ ਇਹਨਾਂ ਚੋਣਾਂ ਜਿਹੜੀਆਂ ਚਾਰ ਜਿਮਨੀ ਚੋਣਾਂ ਇਹਦੇ ਵਿੱਚ ਆਪਣੇ ਆਪ ਨੂੰ ਚੋਣਾਂ ਤੋਂ ਬਾਹਰ ਰੱਖਣਾ ਇਹ ਅੱਜ ਦਾ ਸਾਡਾ ਸਾਰਾ ਮੀਟਿੰਗ ਦਾ ਫੈਸਲਾ ਕਿਉਂਕਿ ਕੁਦਰਤੀ ਗੱਲ ਹੈ ਜਦੋਂ ਇਲੈਕਸ਼ਨ ਨਹੀਂ ਲੜਦੀ ਪਾਰਟੀ ਕੁਛ ਨੁਕਸਾਨ ਹੁੰਦਾ ਪਰ ਸਾਡੇ ਵਾਸਤੇ ਉਹ ਨੁਕਸਾਨ ਅਸੀਂ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿੰਦੇ ਹੋਏ ਉਹ ਝੱਲਾਂਗੇ ਪਰ ਅਸੀਂ ਜਿਹੜਾ ਉਹ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਜਦੋਂ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਜਿਹੜੀ ਆ ਪਾਰਟੀ ਨੂੰ ਲੀਡ ਦੇਣੀ ਹੁੰਦੀ ਆ ਅਤੇ ਪ੍ਰਧਾਨ ਜਿਹੜਾ ਨਾ ਹੋਵੇ ਤਾਂ ਫਿਰ ਕੁਦਰਤੀ ਗੱਲ ਹੁੰਦੀ ਹੈ ਕਿ ਪਾਰਟੀ ਵਾਸਤੇ ਬਹੁਤ ਇਹਨਾਂ ਚੋਣਾਂ ਦੇ ਵਿੱਚ ਬੜੀਆਂ ਵੱਡੀਆਂ ਚੁਣੌਤੀਆਂ ਹੁੰਦੀਆਂ ਸੋ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਫੈਸਲਾ ਕੀਤਾ ਮੈਂ ਸਾਰੀ ਪਾਰਟੀ ਦਾ ਪੂਰੀ ਵਰਕਿੰਗ ਕਮੇਟੀ ਦਾ ਵੀ ਸਾਰੇ ਜ਼ਿਲ੍ਹਾ ਜਥੇਦਾਰ ਸਾਹਿਬਾਨ ਦਾ ਵੀ ਸਾਰੇ ਹਲਕਾ ਇੰਚਾਰਜ ਸਾਹਿਬਾਨ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਕਿਉਂਕਿ ਆਸ ਸਾਨੂੰ ਵੀ ਇਹੀ ਹੁੰਦੀ ਸਰ ਕਿਉਂਕਿ ਅਸੀਂ ਜਿਹੜੀ ਹੈਗੀ ਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹਮੇਸ਼ਾ ਸਮਰਪਿਤ ਰਹੇ ਹਾਂ ਇਸ ਕਰਕੇ ਇਹ ਜਿਹੜਾ ਅੱਜ ਦੀ ਮੀਟਿੰਗ ਦਾ ਫੈਸਲਾ ਯੂਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ ਕਾਲ ਔਰ ਸਕੈਨ QR ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ ਔਰ ਸਕੈਨ QR ਕੋਡ ਟੂ ਕੰਟੈਕਟ ਅਸ Flangbird Truck Repair, trust we build in truck repair or scan QR code to contact us. The Masala Twist, Oxnard Fine Authentic Indian Cuisine or scan QR code to contact us. Pizza Twist, taste with twist, order today, call or visit website or scan QR code to contact us. New India Market or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Bila Market, scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us.
Mountain Mike Pizza, scan this QR code to contact us. Appa Kadahi made and served with love. Scan this QR code to contact us. Krishan Kumar Covered, California, certified agency manager who can help you, your family and your small business with health insurance. Call at 1-877-830-3270 or scan QR code to call or text.